ਹੀ ਖੁਸ਼ੀ ਦੀ ਗੱਲ ਹੈ ਔਰ ਅੰਕਲ ਆਂਟੀ ਵਾਸਤੇ ਇੱਕ ਨਵੀਂ ਮਤਲਬ ਮੈਂ ਕਹਿ ਸਕਦੀ ਹਾਂ ਜੀਵਨ ਦੀ ਇੱਕ ਉਮੀਦ ਹਨਾ ਉਹਨਾਂ ਦੇ ਘਰ ਦੇ ਵਿੱਚ ਇੱਕ ਕਿਰਨ ਪਰਮਾਤਮਾ ਨੇ ਬਖਸ਼ੀ ਹੈ ਕਿਉਂਕਿ ਇੱਕ ਸੁੰਨਾਪਨ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਐਂਡ ਅਸੀਂ ਬਹੁਤ ਖੁਸ਼ ਹਾਂ ਕਿ ਸਿੰਗਲ ਛੋਟਾ ਭਰਾ ਹੈ ਜੀ ਸੁਨਿਆ ਜੀ ਬਾਰ ਬਾਰ ਅਸੀਂ ਜ਼ਿਕਰ ਕਰ ਰਹੇ ਹਾਂ ਤੁਸੀਂ ਫੀਮੇਲ ਹੋਣ ਦੇ ਨਾਤੇ ਜ਼ਿਕਰ ਜ਼ਰੂਰ ਕਰ ਸਕਦੇ ਹਾਂ ਕਿੰਨਾ ਜ਼ਿਆਦਾ ਔਖਾ ਹੈ ਇਸ ਉਮਰੇ ਆ ਕੇ ਇੰਨਾ ਵੱਡਾ ਦੁੱਖ ਚੱਲਣਾ ਹਾਲਾਂਕਿ ਡਾਕਟਰਸ ਕਹਿ ਰਹੇ ਨੇ ਕਿ ਅਸੀਂ ਦੱਸਾਂਗੇ ਕਿ ਕਿੰਨਾ ਮੁਸ਼ਕਿਲ ਸੀ ਮਾਂ ਦੇ ਲਈ ਇਸ ਸਮੇਂ ਆ ਕੇ ਬੱਚੇ ਨੂੰ ਜਨਮ ਦੇਣਾ ਉਹ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਪਰਿਵਾਰ ਦੇ ਕੋਲ 1.5 ਸਾਲ ਦੇ ਵਿੱਚ ਜ਼ਰੂਰ ਇਹ ਖੁਸ਼ੀਆਂ ਪਰਤੀਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਮਾਂ ਵਾਸਤੇ ਬਹੁਤ ਔਖਾ ਹੁੰਦਾ ਹੈ ਇੱਕ 9 ਮਹੀਨੇ ਕੋਕ ਦੇ ਵਿੱਚ ਬੱਚੇ ਨੂੰ ਰੱਖਣਾ ਹਨਾ ਔਰ ਖਾਸ ਕਰਕੇ ਆਂਟੀ ਦੀ ਉਮਰ ਦੇ ਵਿੱਚ ਇਟਸ ਰੀਲੀ ਡਿਫੀਕਲਟ ਐਂਡ ਜਿਹੜਾ IVF ਦਾ ਜਿਹੜਾ ਪ੍ਰੋਸੀਜਰ ਵੀ ਹੈ ਉਹਦੇ ਜਿਹੜੇ ਇੰਜੈਕਸ਼ਨ ਨੇ ਉਹ ਵੀ ਬਹੁਤ ਪੇਨਫੁਲ ਨੇ ਮੈਂ ਤੇ ਆਂਟੀ ਨੂੰ ਸਲਿਊਟ ਕਰਦੀ ਹਾਂ ਕਿ ਇਸ ਉਮਰ ਦੇ ਵਿੱਚ ਉਹਨਾਂ ਨੇ ਇਸ ਇੰਜੈਕਸ਼ਨ ਨੂੰ ਵੀ ਸਿਆ ਔਰ 9 ਮਹੀਨੇ ਆਪਣੀ ਕੋਕ ਦੇ ਵਿੱਚ ਬੱਚੇ ਨੂੰ ਰੱਖਿਆ ਹਨਾ ਇਟਸ ਰੀਲੀ ਸਲਿਊਟ ਟੂ ਹਰ ਕਿ ਨਹੀਂ ਤੇ ਨਿੱਕੀ ਉਮਰ ਦੀਆਂ ਕੁੜੀਆਂ ਵੀ ਮਤਲਬ ਇੰਨੀਆਂ ਸੈਂਸਿਟਿਵ ਹੁੰਦੀਆਂ ਆ ਬਟ ਆਂਟੀ ਮੈਂ ਸਲਿਊਟ ਕਰਦੀ ਹਾਂ ਆਂਟੀ ਨੂੰ ਇਸ ਜਜ਼ਬੇ ਵਾਸਤੇ ਵੀ ਔਰ ਰੱਬ ਨੇ ਚਲੋ ਉਹਨਾਂ ਦੀ ਝੋਲੀ ਭਰੀ ਔਰ ਉਹਨਾਂ ਨੂੰ ਬੇਟੀ ਦੀ ਬਖਸ਼ਿਸ਼ ਕੀਤੀ ਅਸੀਂ ਬਹੁਤ ਖੁਸ਼ ਹਾਂ ਅਸੀਂ ਖੁਸ਼ੀ ਦੀ ਗੱਲ ਹੈ ਔਰ ਅੰਕਲ ਆਂਟੀ ਵਾਸਤੇ ਇੱਕ ਨਵੀਂ ਮਤਲਬ ਮੈਂ ਕਹਿ ਸਕਦੀ ਹਾਂ ਜੀਵਨ ਦੀ ਇੱਕ ਉਮੀਦ ਹਨਾ ਉਹਨਾਂ ਦੇ ਘਰ ਦੇ ਵਿੱਚ ਇੱਕ ਕਿਰਨ ਪਰਮਾਤਮਾ ਨੇ ਬਖਸ਼ੀ ਹੈ ਕਿਉਂਕਿ ਇੱਕ ਸੁੰਨਾਪਨ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਐਂਡ ਅਸੀਂ ਬਹੁਤ ਖੁਸ਼ ਹਾਂ ਕਿ ਸਿੰਗਲ ਛੋਟਾ ਭਰਾ ਹੈ ਜੀ ਸੁਨਿਆ ਜੀ ਬਾਰ ਬਾਰ ਅਸੀਂ ਜ਼ਿਕਰ ਕਰ ਰਹੇ ਹਾਂ ਤੁਸੀਂ ਫੀਮੇਲ ਹੋਣ ਦੇ ਨਾਤੇ ਜ਼ਿਕਰ ਜ਼ਰੂਰ ਕਰ ਸਕਦੇ ਹਾਂ ਕਿੰਨਾ ਜ਼ਿਆਦਾ ਔਖਾ ਹੈ ਇਸ ਉਮਰੇ ਆ ਕੇ ਇੰਨਾ ਵੱਡਾ ਦੁੱਖ ਚੱਲਣਾ ਹਾਲਾਂਕਿ ਡਾਕਟਰਸ ਕਹਿ ਰਹੇ ਨੇ ਕਿ ਅਸੀਂ ਦੱਸਾਂਗੇ ਕਿ ਕਿੰਨਾ ਮੁਸ਼ਕਿਲ ਸੀ ਮਾਂ ਦੇ ਲਈ ਇਸ ਸਮੇਂ ਆ ਕੇ ਬੱਚੇ ਨੂੰ ਜਨਮ ਦੇਣਾ ਉਹ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਪਰਿਵਾਰ ਦੇ ਕੋਲ 1.5 ਸਾਲ ਦੇ ਵਿੱਚ ਜ਼ਰੂਰ ਇਹ ਖੁਸ਼ੀਆਂ ਪਰਤੀਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਮਾਂ ਵਾਸਤੇ ਬਹੁਤ ਔਖਾ ਹੁੰਦਾ ਹੈ ਇੱਕ 9 ਮਹੀਨੇ ਕੋਕ ਦੇ ਵਿੱਚ ਬੱਚੇ ਨੂੰ ਰੱਖਣਾ ਹਨਾ ਔਰ ਖਾਸ ਕਰਕੇ ਆਂਟੀ ਦੀ ਉਮਰ ਦੇ ਵਿੱਚ ਇਟਸ ਰੀਲੀ ਡਿਫੀਕਲਟ ਐਂਡ ਜਿਹੜਾ IVF ਦਾ ਜਿਹੜਾ ਪ੍ਰੋਸੀਜਰ ਵੀ ਹੈ ਉਹਦੇ ਜਿਹੜੇ ਇੰਜੈਕਸ਼ਨ ਨੇ ਉਹ ਵੀ ਬਹੁਤ ਪੇਨਫੁਲ ਨੇ ਮੈਂ ਤੇ ਆਂਟੀ ਨੂੰ ਸਲਿਊਟ ਕਰਦੀ ਹਾਂ ਕਿ ਇਸ ਉਮਰ ਦੇ ਵਿੱਚ ਉਹਨਾਂ ਨੇ ਇਸ ਇੰਜੈਕਸ਼ਨ ਨੂੰ ਵੀ ਸਿਆ ਔਰ 9 ਮਹੀਨੇ ਆਪਣੀ ਕੋਕ ਦੇ ਵਿੱਚ ਬੱਚੇ ਨੂੰ ਰੱਖਿਆ ਹਨਾ ਇਟਸ ਰੀਲੀ ਸਲਿਊਟ ਟੂ ਹਰ ਕਿ ਨਹੀਂ ਤੇ ਨਿੱਕੀ ਉਮਰ ਦੀਆਂ ਕੁੜੀਆਂ ਵੀ ਮਤਲਬ ਇੰਨੀਆਂ ਸੈਂਸਿਟਿਵ ਹੁੰਦੀਆਂ ਆ ਬਟ ਆਂਟੀ ਮੈਂ ਸਲਿਊਟ ਕਰਦੀ ਹਾਂ ਆਂਟੀ ਨੂੰ ਇਸ ਜਜ਼ਬੇ ਵਾਸਤੇ ਵੀ ਔਰ ਰੱਬ ਨੇ ਚਲੋ ਉਹਨਾਂ ਦੀ ਝੋਲੀ ਭਰੀ ਔਰ ਉਹਨਾਂ ਨੂੰ ਬੇਟੀ ਦੀ ਬਖਸ਼ਿਸ਼ ਕੀਤੀ ਅਸੀਂ ਬਹੁਤ ਖੁਸ਼ ਹਾਂ ਅਸੀਂ ਖੁਸ਼ੀ ਦੀ ਗੱਲ ਹੈ ਔਰ ਅੰਕਲ ਆਂਟੀ ਵਾਸਤੇ ਇੱਕ ਨਵੀਂ ਮਤਲਬ ਮੈਂ ਕਹਿ ਸਕਦੀ ਹਾਂ ਜੀਵਨ ਦੀ ਇੱਕ ਉਮੀਦ ਹਨਾ ਉਹਨਾਂ ਦੇ ਘਰ ਦੇ ਵਿੱਚ ਇੱਕ ਕਿਰਨ ਪਰਮਾਤਮਾ ਨੇ ਬਖਸ਼ੀ ਹੈ ਕਿਉਂਕਿ ਇੱਕ ਸੁੰਨਾਪਨ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਐਂਡ ਅਸੀਂ ਬਹੁਤ ਖੁਸ਼ ਹਾਂ ਕਿ ਸਿੰਗਲ ਛੋਟਾ ਭਰਾ ਹੈ ਜੀ ਸੁਨਿਆ ਜੀ ਬਾਰ ਬਾਰ ਅਸੀਂ ਜ਼ਿਕਰ ਕਰ ਰਹੇ ਹਾਂ ਤੁਸੀਂ ਫੀਮੇਲ ਹੋਣ ਦੇ ਨਾਤੇ ਜ਼ਿਕਰ ਜ਼ਰੂਰ ਕਰ ਸਕਦੇ ਹਾਂ ਕਿੰਨਾ ਜ਼ਿਆਦਾ ਔਖਾ ਹੈ ਇਸ ਉਮਰੇ ਆ ਕੇ ਇੰਨਾ ਵੱਡਾ ਦੁੱਖ ਚੱਲਣਾ ਹਾਲਾਂਕਿ ਡਾਕਟਰਸ ਕਹਿ ਰਹੇ ਨੇ ਕਿ ਅਸੀਂ ਦੱਸਾਂਗੇ ਕਿ ਕਿੰਨਾ ਮੁਸ਼ਕਿਲ ਸੀ ਮਾਂ ਦੇ ਲਈ ਇਸ ਸਮੇਂ ਆ ਕੇ ਬੱਚੇ ਨੂੰ ਜਨਮ ਦੇਣਾ ਉਹ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਪਰਿਵਾਰ ਦੇ ਕੋਲ 1.5 ਸਾਲ ਦੇ ਵਿੱਚ ਜ਼ਰੂਰ ਇਹ ਖੁਸ਼ੀਆਂ ਪਰਤੀਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਮਾਂ ਵਾਸਤੇ ਬਹੁਤ ਔਖਾ ਹੁੰਦਾ ਹੈ ਇੱਕ 9 ਮਹੀਨੇ ਕੋਕ ਦੇ ਵਿੱਚ ਬੱਚੇ ਨੂੰ ਰੱਖਣਾ ਹਨਾ ਔਰ ਖਾਸ ਕਰਕੇ ਆਂਟੀ ਦੀ ਉਮਰ ਦੇ ਵਿੱਚ ਇਟਸ ਰੀਲੀ ਡਿਫੀਕਲਟ ਐਂਡ
ਜਿਹੜਾ IVF ਦਾ ਜਿਹੜਾ ਪ੍ਰੋਸੀਜਰ ਵੀ ਹੈ ਉਹਦੇ ਜਿਹੜੇ ਇੰਜੈਕਸ਼ਨ ਨੇ ਉਹ ਵੀ ਬਹੁਤ ਪੇਨਫੁਲ ਨੇ। ਮੈਂ ਤੇ ਆਂਟੀ ਨੂੰ ਸਲਿਊਟ ਕਰਦੀ ਹਾਂ ਕਿ ਇਸ ਉਮਰ ਦੇ ਵਿੱਚ ਉਹਨਾਂ ਨੇ ਇਸ ਇੰਜੈਕਸ਼ਨ ਨੂੰ ਵੀ ਸਿਆ ਔਰ 9 ਮਹੀਨੇ ਆਪਣੀ ਕੋਖ ਦੇ ਵਿੱਚ ਬੱਚੇ ਨੂੰ ਰੱਖਿਆ ਹੈ ਨਾ। ਇਟਸ ਰੀਲੀ ਸਲਿਊਟ ਟੂ ਹਰ ਕਿ ਨਹੀਂ ਤੇ ਨਿੱਕੀ ਉਮਰ ਦੀਆਂ ਕੁੜੀਆਂ ਵੀ ਮਤਲਬ ਇੰਨੀਆਂ ਸੈਂਸਿਟਿਵ ਹੁੰਦੀਆਂ ਆ। ਬਟ ਆਂਟੀ ਮੈਂ ਸਲਿਊਟ ਕਰਦੀ ਹਾਂ ਆਂਟੀ ਨੂੰ ਇਸ ਜਜ਼ਬੇ ਵਾਸਤੇ ਵੀ ਔਰ ਰੱਬ ਨੇ ਚਲੋ ਉਹਨਾਂ ਦੀ ਝੋਲੀ ਭਰੀ ਔਰ ਉਹਨਾਂ ਨੂੰ ਬੇਟੀ ਦੀ ਬਖਸ਼ਿਸ਼ ਕੀਤੀ। ਅਸੀਂ ਬਹੁਤ ਖੁਸ਼ ਹਾਂ।